ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ ਅਤੇ ਅੱਜ ਆਪਾਂ ਖੇਡਣ ਆਏ ਹਾਂ ਜੀ ਪਿੰਡ ਮੱਲੀਆਂ ਚੰਡਿਆਲੇ ਲਾਗੇ ਰੋਡ ਦੇ ਉੱਪਰ ਹੀ ਮੈਚ ਆ ਚਾਰ ਆਲ ਓਪਨ ਟੀਮਾਂ ਦੇ ਅਤੇ ਆਪਣਾ ਪਹਿਲਾ ਮੈਚ ਆ ਚੁੱਕਿਆ ਜੀ ਘੁਮਾਉਣ ਦੇ ਨਾਲ ਅਤੇ ਆਪਾਂ ਚੱਲੇ ਹਾਂ ਸਾਰੇ ਗਰਾਊਂਡ 'ਚ ਟੀਮ ਆਪਣੀ ਅਤੇ ਵਾਹਿਗੁਰੂ ਕਿਰਪਾ ਕਰੇ ਮੈਚ ਵਧੀਆ ਹੋਵੇ ਸੱਟਾਂ ਬੇਟਾਂ ਵਜੇ ਰਹਿਣ ਪਲੇਅਰ ਵਧੀਆ ਖੇਡੀਏ ਅਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਗਰਾਊਂਡ 'ਚ ਕੀ ਹਾਲ ਨੇ ਕਰਦੇ ਜਿੰਦਰ ਕਹਿੰਦੇ ਪੂਰਾ ਗਰਮ ਹੋ ਰਿਹਾ ਅੱਜ ਪਿੰਡ ਆਪਣੇ ਕਹਿੰਦੇ ਇਹਨੇ ਆਪਣੇ ਪਿੰਡ ਹਰਾ ਤਾ ਪਹਿਲਾਂ ਆਪਦੇ ਪਿੰਡ ਆਪਣੀ ਟੀਮ ਹੀ ਇਹਨੇ ਹਰਾਈ ਹੈ ਟੋਡੀਆਂ ਨਹੀਂ ਪਾਈਆਂ ਅੱਜ ਕਹਿੰਦਾ ਪਾ ਦੂੰ ਕੱਲਾ ਵੀਰਿਆ ਫਿਰਦਾ ਅੱਜ ਅੱਜ ਪਾਏਗਾ ਬਈ ਹੈਂ ਪਾਏਗਾ ਸੈਟ ਆ ਤੇ ਲਾਣੀ ਖੇਡਣਾ ਕਾਇਮ ਹੋ ਜਾ ਸਨਮਾਨ ਕੀਤਾ ਗਿਆ ਇਧਰ ਰਾਤ ਯਾਦ ਕਰ ਰਿਹਾ ਤੇ ਕਿਹੜੇ ਤੇਰੇ ਡਰਾਮੇ ਵੀਡੀਓ ਦੇ ਤਾਰੀਆਂ ਅੰਮਾ ਦਾ ਤੇਰੇ ਚੋਲੇ ਵਾਲਾ ਰਿਕਾਰਡ ਬਣਾਏ ਤੇ ਰਿਕਾਰਡ ਫਿਰ ਬਣਾ ਕੇ ਆ ਵੀ ਰਿਕਾਰਡ ਅਗਲੇ ਸਾਲਾਂ ਵਿੱਚ ਤੋੜੇ ਆ ਇਹ ਆ ਮੇਰੇ ਵੀਰੋ ਬਾਪੂ ਕਪੂਰ ਸਿੰਘ ਦੇ ਪੁੱਤਰ ਜੋ ਕੌਡੀ ਵਿੱਚ ਘੋੜੇ ਵਾਂਗਰਾ ਦੌੜੇ ਆ ਘੋੜੇ ਵਾਂਗਰਾ ਦੌੜਨਾ ਰਫਤਾਰ ਬਣਾਈ ਰੱਖਣੀ ਇਹ ਮਿਹਨਤ ਨਾਲ ਬਣਦੀ ਹੈ ਤੇ ਮਾਣ ਬੰਦਾ ਖਿਡਾਰੀ ਅੱਜ ਮੱਲੀਆਂ ਦੇ ਕੰਪ ਉੱਤੇ ਚੋਲਾ ਸਾਹਿਬ ਵਾਲਾ ਅਰਸ਼ ਤੇ ਸਾਡਾ ਸੁਖਮਣ ਦੋਵੇਂ ਹੀ ਆ ਗਏ ਆ ਸੁਖਮਣ ਤੇ ਅਰਸ਼ ਗਰਾਊਂਡ ਵਿੱਚ ਪੁੱਜ ਗਿਆ ਮੇਰੇ ਵੀਰ ਗੁਰਜੰਟ ਮੱਲੀ ਅਮਰੀਕਾ ਦਾ ਦਰਦ ਸ਼ਾਹ ਅਮਰੀਕਾ ਰਾਣਾ ਤੂੰ ਅਮਰੀਕਾ ਮਹਿਲ ਮੱਲੀ ਅਮਰੀਕਾ ਰਣਜੀਤ ਮੱਲੀ ਦੁਬਈ ਰਾਜੂ ਮੱਲੀ ਦੁਬਈ ਮਿਹਰਬਾਨ ਮੱਲੀ ਦੁਬਈ ਵਿਸ਼ਾਲ ਸ਼ਰਮਾ ਦੁਬਈ ਸਤਨਾਮ ਦੁਬਈ ਤੇ ਹੈਪੀ ਨਿੱਕਾ ਦੁਬਈ ਨਾਲ ਗੁਰਪ੍ਰੀਤ ਗੋਪੀ ਹਾਂਗਕਾਂਗ ਲਾਲੀ ਮੱਲੀ ਦੀ ਇਟਲੀ ਨਾਲ ਸਾਡੇ ਗੁਰਪਾਲ ਸਿੰਘ ਜੀ ਗੋਪੀ ਇਟਲੀ ਕਵੈਤ ਤੇ ਨਾਲ ਗੁਰਸੇਵਕ ਬਿਲਕੁਲ ਤਿਆਰ ਤੋਂ ਤਿਆਰ ਹੈ ਕਹਿੰਦੇ ਚੋਲਾ ਸਾਹਿਬ ਦੀ ਟੀਮ ਦੀ ਤਰਫੋਂ ਇੱਕ ਗੁਦਾਨ ਭਰਦਾ ਤੇ ਅੱਜ ਮੇਰੇ ਆ ਤੋਂ ਸਾਰੀ ਹੋਣਗੇ ਉਸ ਸਪੈਸ਼ਲ ਮਾਨ ਸਨਮਾਨ ਦਿੱਤੇ ਜਾਣਗੇ ਚੋਲਾ ਸਾਹਿਬ ਵਾਲਿਆ ਦੁਨੀਆ ਲਾਲਾ ਲਾਲਾ ਚੌਂਦੀ ਹੈ ਤੇ ਕੰਨ ਪੀਟੀ ਪੀਟੀ ਕਰਦੇ ਜਦੋਂ ਖੜ ਜਾਂਦਾ ਚੋਲੇ ਵਾਲਾ ਦਿਨੇਸ਼
ਡੰਗ ਭਾਜੀ ਹੁਣਾਂ ਦਾ 22 ਫਰਵਰੀ ਹੋਵੇਗੀ ਵੱਡੀਆਂ ਰੌਣਕਾਂ ਲੱਗਣਗੀਆਂ ਪਰ ਸਾਹਮਣੇ ਬੰਦੀਆਂ ਦੀ ਧਰਤੀ ਹੈ ਇੱਕ ਪਾਸੇ ਹਰਮਨ ਜਲਾਲਪੁਰੀਆ ਤੇ ਦੂਜੇ ਪਾਸੇ ਬੱਲਾ ਉਹ ਕੋਟ ਮੁਹੰਮਦ ਖਾਨ ਦੀ ਧਰਤੀ ਲੱਗਦਾ ਯਾਰ ਭਿਰਦੇ ਸਾਰ ਹੁੰਦੀ ਹੋਈ ਭੱਲੇ 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 ਉੱਡ ਗਈ ਧਰਤੀ ਮਾਤਾ ਦੀ ਧੂੜ ਔਰ ਸਮਾਂ ਬੀਤਦਾ ਜਾ ਰਿਹਾ ਹੈ ਸਮਾਂ ਬੀਤਦਾ ਜਾ ਰਿਹਾ ਹੈ खिलाड़ी एक मखठूर वर्गे नानक वर्गे भैर के तीन भरा खेलते हैं मापे मचकोड़ है गोपी भलवान कहना मैं ग्राउंड चोटा खोता नहीं चंगा लगता मेरे को नहीं आ जाना माफी मांगते हैं जी गोपी भलवान नहीं आया बाकी अर्श भलवान ने अपना बोल पकाया धन्यवाद है जस भलवान ने भी टीम फटे से कटे किल वर्गी पता नहीं लगता मैच जितना कहने कद इधरों जफा कद उधरों जफा मलिया की धरती के काके भिड़ते हैं जफे उत्ते जफा ठा ठा जफा अंकल जी तलावे आयो जिम्मे शहनशाह तलावे वाले ने यूके वाले ने बड़ा खेल मेला मेला कराया पर करिए यार मेले की गल लो सब हर बार चतुरु कबड्डी वाले किंग मित्रो कबड्डी के नारे ने हाई हाई रेड़ा है चोला साहब की धरती का अर्श एक कंडी दे रहा है नाल कहते बबलू बंडारे वाला है और काले ठठिया की गल चलती इटली वसदा मेरे भीरे चाचा जी मन जलालपुरी पुत कहते चला धन धन मजिंदर सिंह पुत हरमन जलालपुरी बंदे असि भी किसी ना घट दी चाच पूरे मित्री ना मतलब प्यार का मोड़ दू चटनी रेड कह रहे पुलिसिया नी ऐसा ने यूरोप भी खेडिया तू ना करता नहीं कर सकते पहले लाइव डाइव एक
ਪੁੱਤ ਮੇਰੀ ਉਮਰ ਤੈਨੂੰ ਲੱਗ ਗਈ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਜਵਾਨੀਆਂ ਮਾਣੋ ਪੁੱਤ ਮੇਰੀ ਉਮਰ ਤੈਨੂੰ ਲੱਗ ਗਈ ਮੇਰਾ ਸੋਹਣਿਆ ਪੁੱਤਾਂ ਪੁੱਤ ਮੈਨੂੰ ਬੜਾ ਬਰਾ ਗਿਆ ਸੁਣਨ ਦਾ ਤੇ ਮੈਂ ਨਹੀਂ ਤੂੰ ਉਹਦਾ ਨਾਂ ਕੱਢ ਆਪਣੇ ਵੀਰ ਦਾ ਹਾਂਜੀ ਹਾਂਜੀ ਨਹੀਂ ਕੋਈ ਹੋਰ ਫਾਦਰ ਆਇਆ ਡੈਡੀ ਮੈਂ ਆਪਣੇ ਡੈਡੀ ਆ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਧੰਨ ਮਾਪੇ ਜਿਨ੍ਹਾਂ ਨੇ ਇਹੋ ਜਿਹੇ ਸੁਰਮੇ ਪੁੱਤ ਸਤਿ ਮੈਨੂੰ ਦੱਸਿਆ ਕਰਦੇ ਹਾਂ ਵੀ ਇੱਥੇ ਵੇਖ ਲਓ ਇੱਧਰ ਦੇਖੋ ਨਿੱਘ ਮਾਨਣ ਦੇ ਇੰਨਾ ਪਿਆਰ ਜੇ ਵੇਖ ਲਓ ਕਿੰਨਾ ਪਿਆਰ ਇਹਨਾਂ ਦਾ ਅੱਜ ਕੱਲ੍ਹ ਤਾਂ ਇਨਸਾਨੀਅਤ ਤਾਂ ਖਤਮ ਹੁੰਦੀ ਜਾਂਦੀ ਹੈ ਪਰ ਆ ਵੇਖ ਲਓ ਪਿਆਰ ਮਹਾਰਾਜ ਜੀ ਸਭ ਤੋਂ ਕਿਰਪਾ ਕਰੇ ਨਿੱਘੇ ਨਿੱਘੇ ਆ ਬੇਨਤੀ ਕਰੀਏ ਪਰਬਤ ਕੀੜਾ ਦੇ ਕਿ ਹੁਣ ਆਪਾਂ ਰਹਿੰਦੇ ਸਨਮਾਨ ਬਾਅਦ ਵਿੱਚ ਕਰ ਲਈਏ ਆਓ ਜੀ ਮਹਾਂਪੁਰਖਾਂ ਨੂੰ ਨਾਲ ਲੈ ਕੇ ਤੇ ਆਪਾਂ ਇਹਨਾਂ ਪਨੇਰਾਂ ਦੇ ਨਾਲ ਜਾਣ ਪਹਿਚਾਣ ਕਰਾਂਗੇ ਕਾਕੂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਕਬੱਡੀ ਕੋਚ ਹੈ ਗੁਰਦਾਸਪੁਰ ਵਾਲੇ ਦੇ ਪੁਰਖਾਂ ਵੱਲੋਂ ਆਸ਼ੀਰਵਾਦ ਦਿੱਤਾ ਜਾ ਰਿਹਾ ਹੈ ਬਹੁਤ ਵੱਡਾ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਹੈ ਮਾਨ ਹੈ ਅਸੀਂ ਧੰਨਵਾਦੀ ਹਾਂ ਸੁਬਾਹ ਜਦੋਂ ਟੂਰਨਾਮੈਂਟ ਸ਼ੁਰੂ ਹੋਇਆ ਤੇ ਸਾਡੇ ਕੋਲ ਮੰਤਰੀ ਸਾਹਿਬ ਜੀ ਪਹੁੰਚੇ ਸਨ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਰੀਬਨ ਕਰਕੇ ਅੱਜ ਦੇ ਕਬੱਡੀ ਕੱਪ ਦੀ ਸ਼ੁਰੂਆਤ ਕਰਾਈ ਉਹਨਾਂ ਦੀ ਹੁਣ ਮੇਰੇ ਵੀਰੋ ਧਰਮ ਪਤਨੀ ਉਹਨਾਂ ਦੀ ਵਾਈਫ ਮੇਰੇ ਵੀਰੋ ਸਾਡੇ ਦਰਮਿਆਨ ਪਹੁੰਚੇ ਹੋਏ ਹੈ ਅਸੀਂ ਮੈਂ ਦਿਲੋਂ ਧੰਨਵਾਦ ਕਰਾਂਗਾ ਰਾਜਾ ਸਾਹਿਬ ਦੋਵੇਂ ਟੀਮਾਂ ਤਿਆਰ ਨੇ ਬੈਸਟ ਕਿਹਨਾਂ ਨੇ ਕੱਢਣਾ ਜੀ 11,000 ਬੈਸਟਾਂ ਨੂੰ ਸਪੈਸ਼ਲ ਹੈ ਬੈਸਟ ਕੌਣ ਕੱਢੇਗਾ ਬੇਨਤੀ ਹੈ ਰੈਫਰੀ ਸਾਹਿਬ ਇਹ ਤਿਆਰੀ ਕਰ ਲਓ ਵੀਰ ਜੀ ਲੋਹਗੜ੍ਹ ਦੀ ਟੀਮ ਜਿਹੜੀ ਆ ਰੋਡ ਵਾਲੇ ਪਾਸੇ ਆ ਤੇ ਚੋਹਲਾ ਸਾਹਿਬ ਦੀ ਟੀਮ ਆ ਨਗਰ ਵਾਲੇ ਟਰੱਕ ਅੱਖਾਂ ਕਰਨ ਦਾ ਮਾਰਾ ਇਹ ਲੋੜਾ ਪੁਲਿਸ ਜਿਹੜੀ ਸ਼ਾਂਤੀ ਵਿੱਚ ਬਟਾਲਾ ਤੇਰੀ ਜੇ ਪਾਸੇ ਹੱਤਾ
सुखमणी कर गया मेरे वीरियो।